ਅੱਜ ਕੇ ਸਾਰਣ ਕੇ ਚਾਹ ਸਵਾਗਤ ਤੁਹਾਡੇ ਗੱਲਬਾਤ ਦੇ ਰੋਮਾਂਚਿਕ ਭੰਗੜਾ ਕੁਇਨ ਸੀਰੀਜ਼ ਦੇ ਵਾਚ ਆਓ ਭੰਗੜਾ ਕਵੀਨ ਦਾ ਯਾਰ ਬੜਾ ਟਾਈਮ ਹੋ ਗਿਆ ਤੂੰ ਵਲੌਗ ਵਲੂਗ ਹੀ ਨਹੀਂ ਪਾਉਂਦੀ ਬਿਜ਼ੀ ਰਹਿੰਦੀ ਹੈ ਕੰਮਾਂ ਕਾਰਾਂ 'ਚ ਬਿਜ਼ੀ ਹੈ ਨਾ ਲੌਂਗ ਕੋਟ ਵੇਖ ਪਾਇਆ ਜਿਵੇਂ ਬਾਦਲਾਂ ਦੇ ਰਿਸ਼ਤੇਦਾਰ ਹੁੰਦੀ ਹੈ ਸ਼ੂਟ ਵਿਦ ਸਰਗੁਣ ਮਹਿਤਾ ਓ ਮਾਈ ਗੋਡ ਇਹ ਐਕਟਰ ਬਣ ਗਏ ਸਰਪ੍ਰਾਈਜ਼ ਕਿਵੇਂ ਰਿਹਾ ਐਕਸਪੀਰੀਅੰਸ ਪਿੱਛੇ ਕੁਸ਼ਚਨ ਸਾਨੂੰ ਕੀ ਪਤਾ ਤੂੰ ਦੱਸ ਕਿਵੇਂ ਰਿਹਾ ਤੇਰਾ ਐਕਸਪੀਰੀਅੰਸ ਤੂੰ ਸ਼ੂਟ ਕੀਤਾ ਕਿ ਅਸੀਂ ਕੀਤਾ ਸ਼ੂਟ ਵਿਦ ਸਰਗੁਣ ਮਹਿਤਾ ਕਨੇਡਾ ਦਾ ਝੰਡਾ ਓ ਮਾਈ ਗੋਡ ਆਓ ਸ਼ੂਟ ਵਿਖਾਈਏ ਤੁਹਾਨੂੰ ਫਿਲਮ ਮੈਨੂੰ ਇੱਕ ਦੋ ਜਣੇ ਆਖਦੇ ਭਾਅ ਜੀ ਫਰੈਸ਼ੀ ਪੋਡਕਾਸਟਾਂ 'ਚ ਪਾਣੀ ਪੀਂਦਾ ਤੂੰ ਵੀ ਪੀਣ ਲੱਗ ਗਿਆ ਓਏ ਪੂਰੇ ਭਾਰਤ ਵਰਸ਼ 'ਚ ਇਕੱਲਾ ਫਰੈਸ਼ੀ ਆ ਪਾਣੀ ਪੀਂਦਾ ਕਿਸੇ ਨੂੰ ਦੱਸਿਓ ਨਾ ਉਹ ਇਹਦੇ 'ਚ ਚਾਹ ਪੀਂਦਾ ਮੈਂ ਪਾਣੀ ਪੀਂਦਾ ਉਹ ਚਾਹ ਪੀਂਦਾ ਉਹ ਬਹੁਤ ਚਾਹ ਪੀਂਦਾ ਉਹ ਚਾਹ ਬਣਾ ਕੇ ਕੈਨ 'ਚ ਪਾ ਲੈਂਦਾ ਕਿਸੇ ਨੂੰ ਪਤਾ ਨਹੀਂ ਲੱਗੇ ਆਹੋ ਯਾਰ ਸ਼ੁਰੂ ਕਰੀਏ ਭੰਗੜਾ ਕਵੀਨ ਦੀ ਸ਼ੂਟਿੰਗ ਭੰਗੜਾ ਕਵੀਨ ਘੱਟ ਨਖਰਾ ਕਵੀਨ ਜ਼ਿਆਦਾ ਸ਼ੁਰੂ ਵੇਖ ਹੁੰਦਾ ਹੱਲ ਚਲੋ ਵੈਲਕਮ ਕਿੱਥੇ ਫਿਰਦੀ ਹੈ ਵੈਲਕਮ ਔਰ ਵੈਲਕਮ ਬੈਕ ਟੂ ਮਾਈ ਨਿਊ YouTube ਵੀਡੀਓ ਅੱਛਾ ਹੋਪ ਕਰਕੇ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਮੌਸਮ ਤੁਹਾਨੂੰ ਦਿਖਾ ਦਿੰਦੀ ਹਾਂ ਮੈਂ ਵਧੀਆ ਹੀ ਹੈ ਬਾਕੀ ਬਾਈ ਮੈਂ ਫਲੋਰ ਤੋਂ ਉੱਦਾਂ ਵੀ ਸਾਰਾ ਕੁਝ ਵਧੀਆ ਲੱਗਦਾ ਵਧੀਆ ਲੱਗਦਾ ਠੀਕ ਹੈ ਤੇਰੇ ਪੁਰਾਣੇ ਦਿਨ ਵੀ ਵੇਖੇ ਅਸੀਂ ਹੁਣ ਮੈਂ ਬੋਲਣ ਨਹੀਂ ਚਾਹੁੰਦਾ ਜਦ ਰਾਸ਼ਨ ਇਕੱਠਾ ਕਰਦੀ ਫਿਰਦੀ ਸੀ ਸਾਡੇ ਘਰ ਤਾਂ ਰੋਟੀ ਨਹੀਂ ਪੱਕਦੀ ਰਾਸ਼ਨ ਦੇ ਦਿਉ ਤਾਂ ਹੀ ਕਹਿੰਦੀ ਸੀ ਬਾਈ ਮੈਂ ਫਲੋਰ ਤੋਂ ਸਾਰਾ ਕੁਝ ਵਧੀਆ ਲੱਗਦਾ ਕਿਸੇ ਦੋ ਪਸੇਲੀਆਂ ਨਾਲ ਵਿਗੜ ਗਈ ਨਾ ਤੇ ਨਵੀਆਂ ਨਹੀਂ ਲੱਭਣੀਆਂ ਬਾਈਵੇਂ ਫਲੋਰ ਤਾਂ ਵਧੀਆ ਲੱਗਦਾ ਜਦੋਂ ਭੁਚਾਲ ਆਇਆ ਬਾਈਵੇਂ ਪਹਿਲਾਂ ਥੱਲੇ ਆਊਗਾ ਚਲੋ ਮੱਛਰੀ ਫਿਰ ਜੀ ਅੱਜ ਦਾ ਵਲੌਗ ਤੁਹਾਨੂੰ ਦੱਸਦੇ ਹਾਂ ਬਹੁਤ ਹੀ ਜ਼ਿਆਦਾ ਐਕਸਾਈਟਿੰਗ ਹੋਣ ਵਾਲਾ ਹੈ ਤੇ ਰੈਗੂਲਰ ਵਲੌਗਸ ਮੇਰੇ ਆਉਂਦੇ ਵੀ ਨਹੀਂ ਹੈ ਵਲੌਗ ਨਾਲ ਬਣੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਆਈ ਹੋਪ ਤੁਹਾਨੂੰ ਵਲੌਗ ਵਧੀਆ ਲੱਗੂਗਾ ਆਪਣੇ ਵੱਲੋਂ ਮੈਂ ਜਿੰਨਾ ਹਾਈ ਹੋਪ ਤੁਹਾਨੂੰ ਵਲੌਗ ਵਧੀਆ ਲੱਗ ਇਹ ਅੱਡ ਪਰਮੇਸ਼ਵਰ ਦੀ ਭੈਣ ਬਣੀ ਹੈ ਦੱਸ ਕੀ ਕੰਮ ਕੀ ਹੈ ਇਹਦੇ 'ਚ ਤੇਰੀ ਸ਼ੂਟਿੰਗ ਕਿੱਥੇ ਹੈ ਕੀ ਪ੍ਰੋਬਲਮ ਹੈ ਤੈਨੂੰ ਨਹੀਂ ਮਤਲਬ ਸਾਨੂੰ ਤੇਰੇ ਤੋਂ ਕੀ ਪ੍ਰੋਬਲਮ ਹੈ ਉਹ ਆਪਾਂ ਚੈੱਕ ਕਰਦੇ ਹਾਂ ਇਹਦੇ 'ਚ ਵਧੀਆ ਬਣਾ ਸਕਦੀ ਹਾਂ ਮੈਂ ਬਣਾਉਣ ਦੀ ਕੋਸ਼ਿਸ਼ ਕਰੂੰਗੀ ਅੱਛਾ ਪਰ ਬੰਦਾ ਨਹੀਂ ਰੈਕਮੈਂਡ ਸ਼ੇਅਰ ਤਾਂ ਤੁਸੀਂ ਕਰਨਾ ਹੀ ਹੈ ਨਹੀਂ ਕਰਨਾ ਕਈ ਵੀ ਚੈਨਲ ਨੂੰ ਕਰ ਦਿਓ ਕਰ ਦਾਂਗੇ ਇੱਕ ਮਿੰਟ ਮੈਨੂੰ ਗੱਲ ਦੱਸੋ ਇੱਕ ਇੱਧਰ ਖੜ ਤੈਨੂੰ ਰੁੱਕ ਕੇ ਪੀਣਾ ਰੁੱਕ ਕੇ ਮਿੰਟ ਜਦੋਂ ਤੁਸੀਂ ਵਲੌਗ ਬਣਾਉਂਦੇ ਹੋ ਐਂ ਕਰਕੇ ਵਲੌਗ ਬਣਾਉਂਦੇ ਹੋ ਐਂ ਕਰਨ ਨਾਲ ਕੀ ਹੁੰਦਾ ਇੱਥੇ ਪੋਜ਼ ਬਟਨ ਲੱਗਿਆ ਐਂ ਮਾਰ ਦੇਣਗੇ ਲੈ ਦੱਸ ਐਡ ਤੁਸੀਂ ਐਡੀ ਤਾੜਾ ਖੇਡੀ ਜਾਂਦੇ ਉਹਨਾਂ ਨਾਲ ਦੱਸ ਉਹਨੂੰ ਐਂ ਕਰੋ ਰੋਕੋ ਉਹਨੂੰ ਪੋਜ਼ ਕਰ ਦਿਉ ਜਿਹੜੀ ਆਹ ਚੀਜ਼ਾਂ ਨੂੰ ਕੱਟ ਕਰ ਦਿਉ ਐਂ ਕਰੀ ਜਾਣਗੇ ਬਾਅਦ 'ਚ ਉਹਨੂੰ ਵਲੌਗ 'ਚ ਲਾਈ ਜਾਣਗੇ ਲੈ ਉੱਠ ਕੇ ਸੁੱਤਾ ਚੱਲ ਰਹਿੰਦੀ ਰਹਿੰਦੀ ਤੇਰਾ ਸ਼ੂਟ ਕਿੱਥੇ ਆ ਉਹ ਦੱਸ ਰਾਂਦੀ ਤਰ ਤੂੰ ਅੰਬਲੈਂਡ ਨੂੰ ਬੁਲਾਇਆ ਸੀ ਹੁਣ ਤੂੰ ਆਪਦਾ ਕੰਮ ਕਰਨਾ ਸੀ ਹੁਣ ਦੇਖਦੇ ਆ ਆਪਣੀ ਫਾਈਨਲ ਡਰੈਸ ਕੀ ਹੋਊਗੀ ਬਾਕੀ ਰਹਿਣਾ ਤੇ ਆਪਾਂ ਇਹਨੇ ਜੀਣੀ ਆ ਚੱਲ ਇਹਦੀ ਗੱਲਾਂ ਤੇ ਨਾ ਉਹ ਸੱਚੀ ਆ ਉਹ ਵੀ ਪਤਾ ਨਹੀਂ ਕੀ ਪਾ ਕੇ ਜਾਊਗੀ ਗੰਦੀ ਦੀ ਜੀਨ ਗੰਦੀ ਦੀ ਜੈਕਟ ਪਾ ਕੇ ਨਿਕਲੇ ਆ ਇਹ ਗੰਦੀ ਹੈ ਜ਼ਾਰਾ ਦੀ ਹੈ ਚੱਲ ਜ਼ਾਰਾ ਦੀ ਹੈ ਫਿਰ ਕੀ ਅਗਰ ਰਾਸ਼ਨ ਲੈਦੀ ਤੂੰ ਬੇਸਿਕ ਉਹ ਹੱਲੋ ਸਾਡੇ ਵਾਸਤੇ ਨਹੀਂ ਬੇਸਿਕ ₹65 ਲਾ ਯਾਰ ਤੇ $65 ਚਲੋ ਵਧੀਆ ਗੱਲ ਹੈ ਅੱਡ ਪਸੀਨੇ ਦੀ ਕਮਾਈ ਆ ਭਰਾਵਾ $1 ਚੁੱਭਦਾ ਨਹੀਂ ਇੰਨੀ ਸਨੋ ਪੈਂਦੀ ਉੱਥੇ ਪਸੀਨਾ ਆਉਂਦਾ ਕਦੋਂ ਤੁਹਾਨੂੰ ਐਂ ਦੱਸੋ ਮਾਈਨਸ 'ਚ ਟੈਂਪਰੇਚਰ ਹੁੰਦਾ ਸਾਡੇ ਸਾਡੇ ਪਸੀਨੇ ਦੀ ਕਮਾਈ ਹੈ ਆਇਆ ਹੀ ਨਹੀਂ ਪਸੀਨਾ ਤਾਂ ਤੇ ਕਿਹਾ ਕਿੰਨੇ ਸੀ ਲੈਣ ਨੂੰ ਕੋਈ ਹੋਰ ਛੋਟੀ ਜੈਕਟ ਨਹੀਂ ਲਏਗੀ ਪੌਂਟ ਆਉਂਦੀ ਆ ਜਾਰਾ ਦੀ ਆ ਜਾਰਾ ਐਡਾ ਵਧੀਆ ਬ੍ਰਾਂਡ ਸੀ ਇਹਨਾਂ ਨੇ ਮਿੱਟੀ ਕਰਤਾ H&M ਇੰਨਾ ਵਧੀਆ ਬ੍ਰਾਂਡ ਸੀ ਇਹਨਾਂ ਨੇ ਮਿੱਟੀ ਕਰਤਾ ਸਾਲਾ ਉਦੋਂ ਤਾਂ ਜੂਡੀਓ ਵਧੀਆ ਲੱਗਣ ਲੱਗ ਗਿਆ ਕਮ ਸੇ ਕਮ ਇਹ ਤਾਂ ਨਹੀਂ ਜਾਂਦੇ ਨਲ ਕਮਾਏ ਆ ਦੱਸਦੀ ਸੀ ਕਿੱਥੋਂ ਆਈ ਹੈ ਮੈਨੂੰ ਕੱਪੜੇ ਲੱਭ ਕੇ ਦੇਏਗੀ ਤੇ ਮੈਂ ਪਾ ਕੇ ਆਵਾਂਗੀ ਦੇਖਦੇ ਆ ਦੀ ਪਸੰਦ ਉਹ ਤੇਰੀ ਆਹ ਕੀ ਹੈ ਇਹਨੂੰ ਕਿਵੇਂ ਵੇਖਦੇ ਹੋ ਯਾਰ ਮੇਰੇ ਨਾਲ ਘਰਦੇ ਆ ਕਿਤੇ ਤੂੰ ਅੰਨੀ ਦੇ ਆ ਕੀ ਛੂਟ ਕਰੀ ਜਾਂਦਾ ਕਿ ਕੀ ਕਰੀ ਜਾਂਦਾ ਮੈਨੂੰ ਕਹਿਣਗੇ ਦੋਰਾ ਦੋਰਾ ਪੈਂਦਾ ਤੈਨੂੰ ਕੀ ਕਰੀ ਜਾਂਦੀ ਇਹ ਬਹੁਤ ਇਰੀਟੇਟਿੰਗ ਹੈ ਬੋਰਿੰਗ ਨੀਗੀ ਪਤਾ ਨਹੀਂ ਹੁਣ ਕਿਹੜੇ ਕੱਪੜੇ ਪਾਊਗੇ ਅਤੇ ਕਿਹੜੇ ਨਹੀਂ ਪਾਉਣੇ ਇਹਨੇ
ਲੱਭਦਾ ਕਿਹੜਾ ਇਹਨੂੰ ਸੋਖਾ ਕੁਛ ਨਾ ਕੁਛ ਬਾਦਲਾਂ ਦੀ ਕੋਠੀ 'ਚ ਰਹਿੰਦੀ ਵਾਲਾ ਸਾਹਬ ਹੈ ਅੱਛਾ ਮੁਸੀਬਤ ਹੈ ਉੱਤੋਂ ਨੀਂਦ ਆ ਰਹੀ ਹੈ ਯਾਰ ਵਾਲੀ ਨਹੀਂ ਸੂਤ ਆਉਂਦੇ ਸਿਰ ਕਾਲਜ ਲਾ ਕੇ ਆ ਗਏ ਸੋ ਜੂਗੇ ਸੋਵਾਂ ਕਿ ਤਿੰਨ ਤੱਕ ਵੱਜ ਗਿਆ ਉਹਦਾ ਉੱਠੀਏ ਆਮ ਰੈਡੀ ਬਸ ਪੰਦੇ ਸਿੰਪਲ ਨਾ ਕੋਈ ਮੇਕਅਪ ਲੈ ਸ਼ੁਕਰ ਹੈ ਮੰਗ ਕੇ ਕੱਪੜੇ ਪਾ ਕੇ ਤਿਆਰ ਹੋ ਗਈ ਮੰਗ ਲੋ ਹੈ ਤਾਂ ਵਾਈਟ ਰੌਕ ਚ ਵਾਈਟ ਹੈ ਕਿ ਆਪਾਂ ਦੇ ਦੋ ਮੀਰਾ ਹਣਾ ਵੀ ਹਣਾ ਵੀ ਇਹ ਮੈਂ ਕੱਟ ਦੇਣਾ ਇਹ ਮੈਂ ਕੱਟ ਦੇਣਾ ਥੱਲੇ ਮੈਂ ਕਮੈਂਟ ਕਰ ਦੂੰ ਬਣਾਉਂਦੀ ਏ ਕੁੜੀ ਅਸੀਂ ਇਹਦੇ ਨਾਲ ਰਹਿੰਨੇ ਸਾਨੂੰ ਪਤਾ ਉਹ ਰੋਜ਼ ਨਾ ਨਹੀਂ ਆ ਮੈਂ ਪਾਠ ਕਰਦੀ ਆ ਨਾਉਂਦੀ ਨੀ ਮੁਸ਼ਕੀ ਆ ਰਜਨਾ ਨੇ ਆ ਪਾਠ ਕਰਦੀ ਆ ਤੁਹਾਡੀਆਂ ਹੀ ਕਲੇਸ਼ ਪੈ ਦੇਣਾ ਕਿਤੇ ਵੇਖ ਲਿਓ ਤੁਸੀਂ 22ਵੇਂ ਫਲੋਰ ਤੋਂ ਦੀ ਪਹਿਲੇ ਫਲੋਰ ਤੇ ਹਾਲਾਂਕਿ ਤੁਹਾਨੂੰ ਸਿਰਫ 7 ਮਿੰਟ ਲੱਗਣੇ ਆ ਉਹ ਵੀ ਲਿਫਟ 'ਚ ਟਾਈਮ ਲੱਗਣਾ ਆਉਣ ਤੇ ਖੁੱਲ੍ਹਣ 'ਚ ਜਾਣ 'ਚ ਆਹ ਕੀ ਕਰੀ ਜਾਂਦੀ ਹੈ ਸਵਾਗਤ ਤੁਹਾਡਾ ਕੀ ਆ ਤੇਰੀ ਸ਼ੂਟਿੰਗ ਜਿਹੜੀ ਜੱਗ ਕਰ ਲਿਆਉਂਦੀ ਨੀ ਮੁਸ਼ਕੀ ਜੀ 5-6 ਕੱਪੜੇ ਪਾ ਲੇ ਅਸ਼ਮੀਤ ਤੈਨੂੰ ਪਤਾ ਤੂੰ ਲੇਟ ਹੋ ਰਹੀ ਹੈ ਬੇਬੀ ਅਸਾਈਨਮੈਂਟ ਕੀਤੀ ਨਾ ਉੱਠ ਜਾ ਉੱਠ ਜਾ ਐਲਿਸ ਅਸਾਈਨਮੈਂਟ ਦੱਸ ਅਸਾਈਨਮੈਂਟ ਨੂੰ ਪ੍ਰੋਫੈਸਰ ਪੁੱਛਿਆ ਈਜ਼ੀ ਆ ਤੂੰ ਆਸ ਮਾਰਨੀ ਹੈ ਮਰਜ਼ੀ ਕਰ ਲੇਗੀ ਨਾ ਇਕਣਾ ਮੈਨੂੰ ਮੇਰੇ ਬਕਵਾਸ ਮਾਰਨੀ ਹੈ ਤਾਂ ਹੀ ਤਾਂ ਫਿਰ ਤੁਹਾਨੂੰ ਜੋਬ ਨਹੀਂ ਲੱਗਦੀ ਕੋਈ ਵਧੀਆ ਪੜ੍ਹ ਲਿਖ ਕੇ ਵਾਲੀ ਬਕਵਾਸ ਮਾਰਨੀ ਹੈ ਪੜ੍ਹਾਈ 'ਤੇ ਧਿਆਨ ਨਹੀਂ ਦਿੰਦੇ 99.99 ਕਿ 100% ਬੱਚਾ ਸੋਚੋ 1% ਬੱਚਾ ਹੋਊਗਾ ਜਿਹੜਾ ਪੜ੍ਹਾਈ 'ਤੇ ਧਿਆਨ ਦਿੰਦਾ ਹੋਊਗਾ ਬਾਹਰ ਜਾ ਕੇ ਸਾਰਿਆਂ ਦਾ ਚੱਲ ਅਸਾਈਨਮੈਂਟ ਬਕਵਾਸ ਹੀ ਮਾਰਨੀ ਹੈ ਮਾਰ ਦੇ ਉਹ ਦੇ ਇਹਨੂੰ ਪੈਸੇ ਪਾ ਅਸਾਈਨਮੈਂਟਾਂ ਬਣਵਾਉਣੀਆਂ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਜੋਬ ਵੀ ਉਹੀ ਲੈ ਲੈਣ ਫਿਰ ਤੁਹਾਡੀ ਪੜ੍ਹਾਈ ਦਾ ਥੋੜ੍ਹੀ ਫਾਇਦਾ ਹੈਨਾ ਕਿੱਥੇ ਤੇਰਾ ਸ਼ੂਟ ਸਰਗੁਣ ਮਹਿਤਾ ਵੀ ਆਖਦੀ ਹੋਊਗੀ ਕਿਹਨੂੰ ਮਿਲੀ ਮੈਂ ਦੱਸ ਚਲ ਐਵੇਂ ਕੈਮਰਾ ਲੈ ਕੇ ਘਰੇ ਤੁਰੀ ਫਿਰਦੀ ਕਦੇ ਇੱਧਰ ਕਦੇ ਲੈ ਸਿੰਪਲ ਬਹੁਤ ਸੋਹਣੀ ਲੱਗਦੀ ਆ ਬਿਲਕੁਲ ਸਿੰਪਲ ਸਵਾਲ ਲੱਗਦੀ ਆ ਸੋਹਣੀ ਤੂੰ ਕਿੰਨਾ ਕੌਨਫੀਡੈਂਸ ਇਹਨਾਂ ਵਿੱਚ ਸਿੰਪਲ ਬਹੁਤ ਸੋਹਣੀ ਲੱਗਦੀ ਆ ਤੇ ਹੋਰ ਕੀ ਇੱਥੇ ਲੇਪਾ ਲਾਇਆ ਹੁੰਦਾ ਗੋਹੇ ਦੇ ਸਿਰ ਤੇ ਅੱਗੇ ਸਿੰਪਲ ਬਹੁਤ ਸੋਹਣੀ ਲੱਗਦੀ ਆ ਜਦੋਂ ਮੈਂ ਨਹਾ ਲੈਂਦੀ ਉਦੋਂ ਤਾਂ ਮੇਰਾ ਬੇੜਾ ਹੀ ਗਰਕ ਹੋ ਜਾਂਦਾ ਪਤਾ ਨਹੀਂ ਕਦੋਂ ਮਿਲਣ ਜਾਊਗੀ ਭੰਗੜਾ ਕੋਈ ਆਪਣੀ ਤਰੀਫਾਂ ਖੁਦ ਹੀ ਕਰੋ ਕਿੱਦਾਂ ਕਰ ਕਿਉਂਕਿ ਮੈਂ ਖੁਦ ਹੀ ਫੇਵਰੇਟ ਆ ਮੈਨੂੰ ਕਿਸੇ ਦੇ ਫੇਵਰੇਟ ਹੋਣ ਦੀ ਜ਼ਰੂਰਤ ਹੀ ਨਹੀਂ ਹੈ ਖੁਦ ਹੀ ਫੇਵਰੇਟ ਆ ਐਂਡ ਆਮ ਹੈਪੀ ਤੇ ਸਰਗੁਣ ਖਾਨ ਕਹਿੰਦਾ ਸਰਗੁਣ ਨੂੰ ਕਾਹਤੋਂ ਮਿਲੀ ਫਿਰ ਜੇ ਤੂੰ ਫੇਵਰੇਟ ਨਹੀਂ ਹੈ ਤੇਰਾ ਕੋਈ ਤਾਂ ਤੂੰ ਖੁਦ ਹੀ ਫੇਵਰੇਟ ਆ ਨਾ ਸ਼ੋਪਿੰਗ ਵਿਦ ਸਰਗੁਣ ਮਹਿਤਾ ਐਡਾ ਵੱਡਾ ਤੇਰਾ ਆਪਦਾ ਨਾਂ ਨਹੀਂ ਜਿੰਨਾ ਉਹਦਾ ਪਾਤਾ ਚਲੋ ਖੁਦ ਹੀ ਫੇਵਰੇਟ ਆ ਨਹਾਉਂਦੀ ਨਹੀਂ ਮੈਂ ਨਹਾਇਆ ਕਰ ਹੁਣ ਤਾਂ ਤੇਰੇ ਚੈਨਲ ਦਾ ਨਾਂ ਵੇਖ ਕੇ ਦੱਸ ਦਈਏ ਵੀ ਤੈਨੂੰ ਨਹਾਉਣਾ ਚਾਹੀਦਾ ਹੁਣ ਤਾਂ ਸਾਡੀ ਬਹੁਤ ਬਣਦੀ ਹੈ ਪੰਜਾਂ ਜਣਿਆਂ ਦੀ ਮੈਨੂੰ ਲੱਗਦਾ ਜਿੰਨਾ ਕੁੱਤ ਕਲੇਸ਼ ਇਹਨਾਂ ਘਰੇ ਚੱਲਦਾ ਉਹਨਾਂ ਕਿਸੇ ਘਰੇ ਚੱਲਦਾ ਹੀ ਨਹੀਂ ਆਉਣਾ ਪਤਾ ਨਹੀਂ ਕੀ ਕਰੂਗੀ ਅਮੀ ਜਾਨ ਦੇਖ ਰਹੇ ਆਪ ਜਬ ਕੁਛ ਨਯਾ ਆਤਾ ਹੈ ਉਸਕੀ ਖੁਸ਼ੀ ਦੇਖਤੇ ਹੈ ਆਪ ਆ ਪਰਸ ਲੈ ਕੇ ਜਾਣਾ ਹੋਰ ਅਸ਼ਮੀ ਤੂੰ ਲੈ ਕੇ ਜਾਣਾ ਕੋਈ ਪਰਸ ਸਮਾਨ ਵੰਡੇ ਹੋਇਆ ਕਿ ਪਤਾ ਨਹੀਂ ਕਾਹਦੀ ਸ਼ੂਟਿੰਗ ਕਰਨ ਚੱਲੀ ਹੈ ਰੀਲ ਸ਼ੂਟਿੰਗ ਤਾਂ ਨਹੀਂ ਕਰਨ ਚੱਲੀ ਕਿਤੇ ਰੀਲ ਰੂਲ ਬਣਾਉਣੀ ਹੋਵੇ ਸਰਗੁਣ ਮਹਿਤਾ ਨਾਲ ਖੁਸ਼ ਰਹੋ ਬਹੁਤ 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 ਲੇਟ ਕਰਾਤਾ ਇਹਨਾਂ ਨੇ ਬਹੁਤ ਜ਼ਿਆਦਾ ਮੈਂ ਹੁਣ ਅੱਛਾ ਰੈਡੀ
एंड ए जिंदगी भी बुल्ला वांगू पट्टी पई है बेचारी। चलो नले कि हुण तां तूं आख्या मेरे कोई फेवरेट नहीं, हुण कहिंदी मैनूं वधिया लगदे। लिटल बिट नर्वस ते थोड़े वर्गा भी नर्वस हो जाए तां बस फिर बाद ऑलमोस्ट एक साल बाद मैं जा रही हां किसी प्रमोशन वीडियो वास्ते। वैसे मैं इंडिया भी नहीं जाती बट फिर भी इंडिया इन्ना महसूस नहीं होंदा, इतना वधिया जिहा लग रिहा क्योंकि लाइफ बहुत बिजी है। स्वभाव बिजी है, वेखदा बाई में दुखता के चले चलो अल्ला तू रोपला हो जा तैयार। वेखो ई इत्थे कैटवॉक चली जांदी इहनां दी तां भंगड़ा कवीन भंगड़ा पा के विखाएगी तुहानू कनेडा दी सड़कां ते हुण किवें पैंदा। की कहां कल्ली आई है होर किहदे नाल आई है तुहानू कोई लैण नहीं आ रिहा। सही गल ते मेरी गल सुन, जिहड़ी कुड़ी ने आख्या मैं आपदे अपने इन्फ्लुएंस नहीं लोकां, इह की इन्फ्लुएंस करी जांदियां लोकां नूं। ओए पकाई मारनी है ब्लॉग पाउणा जिंदगी च सब तों सौखा अज कल इहो जिहा, पर फालतू तुरे सब्सक्राइब कर दे चैनल नो यार, मैं भी करा करना हूं अच्छा वैसे एक गल है, गुस्सा करने वाली तो कईयों नूं फील भी होगी, पंजाबी इंडस्ट्री गांव भी बहुत वधी जांदी है, वधिया गल है जो कि किते किते बेड़ा गर्क भी होई जांदा, क्यों जदों इन्होंने आपदी फिल्म चलानी होवे इहदी गल नहीं करदा मैं भंगड़ा कवीन दी, उहदा गल करदा तां इह माड़े तो माड़े बंदे नूं भी चक के प्रमोशन करा लैंदे, माड़े तो माड़े बंदे नूं भी बस फेमस होना चाहिए, चाहे वो ही होवे एलविश बाय, एलविश बाय क्या आ गया, कोई बोल सकता है क्या, जदों वह चलिया उहदे कोल भी प्रमोशन करा ली, हुण पिछे जे नैट ते किन्ने कलेश पए आ, जनता ने बथेरियां ऐडां कराईआं, मतलब इहनां नूं कोई लैण देण नहीं, फेमस नहीं, ट्रेंड चाहिए सानूं, कलेश चाहिए आ जां बंदा हिट होना चाहिए, चाहे वह हुण सागर दी वोटी वाले नूं बथेरियां प्रमोशनां मिली जांदियां होणियां, क्यों वो चल पिया वो बंदा नहीं माड़ा, गल करदा उदा मैं, मत वेखदे तुसी होर भी तैनू भी तां फिर सोनू सीतू वाला जिवें फिर लोग आखणगे यार उहदी किस्मत आ भरावा तुहानू वरती जांदे आ। चलो सही है यार, जो भी सही है, चलो इहदी गल नहीं करदा उदा गल करदे रहे, कित्थे आ तैनू कल्ली नहीं सद्दिया गया इन्होंने, जिमें मर्जी है ਐਂ ਬੜ ਚੜ੍ਹ ਕੇ ਜਾਂਦੀ ਬਾਈ ਮੈਂ ਫਲੋਰ 'ਤੇ, ਮੈਂ ਲਾ ਦਿੰਦੀ ਗਾਣਾ ਮਗਰ ਵਿਖਾ ਦਿੰਦੀ ਕੀ ਬਣਾਇਆ ਇਹ, ਦੱਸ ਕੌਣ ਆ ਗਿਆ ਚੁੰਨੇ ਵਾਲਾ ਹੈ, ਅੱਛਾ ਮੈਂ ਕਹਿੰਦਾ ਚੁੱਲ੍ਹੇ ਵਾਲੇ, ਦੀਮ ਥੜ ਦੀ ਘਰ ਲਈ ਹੈ ਨਹੀਂ ਗਈ ਵੀ, ਇਹਨੇ ਤਾਂ ਫੈਂਸੀ ਚੁੰਨੀ ਸੌ ਕੇ ਸੌ 60 ਰੁਪਏ ਕੀ ਚੁੰਨੀ, ਸੰਦੀਪ ਹੋ ਗਿਆ ਗਾਇਸ ਖਤਮ।
ਅੱਛਾ ਹੁਣ ਇਦੋਂ ਬਾਅਦ ਤੁਹਾਡੀ ਵਾਰੀ ਕਲੀਨਿੰਗ ਦੀ ਗਿੱਪੀ ਭਾਜੀ ਤੇ ਨਹੀਂ ਅਲ ਬਟ ਉਹ ਆਇਆ ਵੀ ਨਹੀਂ ਸ਼ੁਕਰ ਨਹੀਂ ਆਇਆ ਦਾ ਇੰਨਾ ਵਧੀਆ ਬਿਹੇਵੀਅਰ ਹੀ ਆ रिश्ता पहला हूं रिश्ता हों तो पहला तो भी दस दें बहुत वधिया मेरा घर वाला या घर वाली तो विआह तो बाद पता लगता की काम है बहुत दुखी करता भरावा तू लो पीता है मेरा कितना पोला मेरा पंज है खान पीने का शुरू तो शकीन है कि तो मर्जी कुछ मिल जाए आप तो भज के फड़ लई दा फड़ाओ जी फड़ाओ कोई चक्कर नहीं सरगुण मैं सोचती वेखदी यार इन्नी तो मैं वधिया है नहीं जिन्ना व्लॉगां च कहेगी चाहती है भी इन्हें दोबारा फिर बुलाई आप प्रमोशन से कि नहीं वधिया दस like, बस गो थोड़ी ले लिया हूं तेन उन्होंने थक गई शायद थोड़ा गिप्पी भाजी नहीं आए गिप्पी भाजी लास्ट बारी भी नहीं आए जो मेरा कोलैब थी चंडीगढ़ उदो भी नहीं आए इस बारी भी नहीं आए किस्मत च नहीं है शायद चलो कोई भी बाकी किस्मत च नहीं है शायद किस्मत नु बड़ा तेरे नाल व्याह करवाना उन्हें किस्मत च नहीं किस्मत च तेरी बाईवां फलो रही है चलो उत्ते बेटा जाके खाओ केक आपदा गिफ्ट भी मिल गया बहुत सारे कॉन्टैक्ट्स भी मेरे लिए थे सब जने ने बहुत वधिया बहुत स्वीट सी के सब एंड आपा पकोड़े पकड़े खा लिए हुन आपा घर नु चलने हां असाइनमेंट करन वाले भी कर दिया जा नहीं तो इत्थे फफा लग जाना अल्ला फफा केड़ा चार अखरां वाला के पंज अखरां वाला फफे भी दो तरह दे आंदे आ सो बाय सबसक्राइब कर दियो चैनल नु ते किदा लगे फिर फालतू दे नखरे ਭੰਗੜਾ ਕਵੀਨ ਦੇ ਨਾ ਭੰਗੜਾ ਕਵੀਨ ਆ ਬਣਾਈ ਅਸਾਈਨਮੈਂਟ ਆ ਜਾਂਦੀ ਕੋ ਪਾਕ ਗਿੱਧਾ ਗੁੱਦਾ ਰੀਲਾਂ ਤੇ ਕਰੀ ਜਾਊਗੀ ਐਂ ਕਰਕੇ ਨੱਚਦੀ ਤੇ ਖੁੱਲ ਕੇ ਬੱਲੂ ਦੀ ਭੈਣ ਹੀ ਆ ਵੀ ਕੀ ਯਾਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਇੰਸਟਾ ਸਨੈਪਚੈਟ ਤੇ ਅੱਗੇ ਜਾ ਕੇ ਮੈਨੂੰ ਐਡ ਕਰ ਲਿਓ ਯਾਰ ਦੁਖੀ ਕਰਦੀ ਹੈ ਕਿਹੜਾ ਬਖਸ਼ਦੀ ਕਿਸੇ ਨੂੰ ਭਾਅ ਜੀ ਭੰਗੜਾ ਕਵੀਨ ਦਾ ਵਲੌਗ ਆ ਗਿਆ ਜਾ ਕੇ ਵੇਖਿਓ ਬਹੁਤ ਹੀ ਐਕਸਾਈਟਡ ਸ਼ੂਟਿੰਗ ਵਿਦ ਸਰਗੁਣ ਮਹਿਤਾ ਸ਼ੂਟਿੰਗ ਹੁੰਦੀ ਹੈ ਰੀਲ ਵਿਦ ਲਿਖਣਾ ਸੀਗਾ ਸਰਗੁਣ ਮਹਿਤਾ ਜਾਂ ਭੋਰੀ ਵਿਦ ਸਰਪ੍ਰਾਈਜ਼ ਕੀ ਸੀ ਸਰਪ੍ਰਾਈਜ਼ ਇਹਦੇ 'ਚ ਡੱਬਾ ਤਾਂ ਸਰਪ੍ਰਾਈਜ਼ ਆਇਆ ਲਾਤਾ ਜਿਵੇਂ ਪਤਾ ਨਹੀਂ ਮਹੀਨਾ ਸ਼ੂਟ ਚੱਲਣਾ ਹੁੰਦਾ ਇਹਦਾ ਹਜੇ ਨਹੀਂ ਮੈਂ ਦੱਸਣਾ ਕਿਹੜੀ ਮੇਰੀ ਮੂਵੀ ਹੈ ਹਜੇ ਮੇਰੀ ਐਮੀ ਭਾਅ ਜੀ ਨਾਲ ਵੀ ਆ ਰਹੀ ਹੈ ਇੱਕ ਵਾਰੀ ਮੇਰੀ ਸਰਗੁਣ ਮਹਿਤਾ ਨਾਲ ਅਤੇ ਇੱਕ ਵਾਰੀ ਮੇਰੀ ਗਿੱਪੀ ਭਾਅ ਜੀ ਨਾਲ ਗਿੱਪੀ ਭਾਅ ਜੀ ਤਾਂ ਮਿਲੇ ਨਹੀਂ ਮੈਂ ਸੋਚਿਆ ਚਲੋ ਜਿੰਮੀ ਸ਼ੇਰ ਨਾਲ ਕਰ ਲੈਂਦੀ ਹਾਂ ਈ ਯਾਰ ਆਹ ਕਮੈਂਟ ਵੇਖਾਂ ਕਿਸੇ ਦਾ ਆਇਆ ਕਿ ਨਹੀਂ ਆਇਆ ਨਹੀਂ ਤਾਂ ਮੈਂ ਤਾਂ ਬਾਏ ਕਰਕੇ ਜਾਵਾਂ ਬੋਰ ਹੀ ਕਰਨਾ ਸੀ ਇਹਨੇ ਮੈਨੂੰ ਕੀ ਪਤਾ ਸੀ ਐਂ ਬੋਰ ਕਰਦੀ ਹੋਊਗੀ ਇਹ ਬਾਹਲਾ ਜ਼ਿਆਦਾ ਬੋਰ ਕਰਦੀ ਹੈ ਇਹਦਾ ਸੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਯਾਰ ਇੰਸਟਾ ਸਨੈਪਚੈਟ 'ਤੇ ਅੱਗੇ ਜਾ ਕੇ ਐਡ ਕਰ ਲਿਓ ਕਮੈਂਟ ਆਇਆ ਨਹੀਂ ਬਾਏ ਯਾਰ ਐਲਵਿਸ਼ ਬਾਏ ਆ ਭਾਅ ਜੀ ਦਾ ਗਾਣਾ ਸੁਣ ਲਈ ਜਾਂਦੀ ਜਾਂਦੀ ਸੁਣਾ ਦਿਓ ਭਾਅ ਜੀ ਉਹ ਅੱਖ ਜਿੱਤੇ ਰੱਖਦਾ ਸੋਣਾ ਨੀ ਕੱਕਦਾ ਲੜਵਾੜ ਕਿੱਕਦੇ ਪਵਾਈ ਰੱਖਦਾ ਨੇ ਮੁਫਤ ਨਹੀਂ ਕਰਾਵੇ ਇਲਾਜ ਛੱਕਦਾ ਨਿਵੇ ਸਾੜਾ ਇੱਕ ਇੱਕ ਮਿੰਟ ਲੱਕਦਾ ਉਹ ਬਾਸ ਨੀ ਉਹ ਰੱਖੜੇ ਮਿਟਾ ਨੀ ਛੱਕ ਨੀ ਉੱਚੀ ਉੱਚੀ ਸੁਣਨੇ ਆੜੇ ਲੱਕਦੇ ਇੱਕ ਨੀ